ਬਲਦੇਵ ਸਿੰਘ ਦਾ ਨਾਵਲ ਕੱਚੀਆਂ ਕੰਧਾਂ ਦਾ 16ਵਾਂ ਅੰਕ ਕਲਕੱਤੇ ਦੀ ਭਾਸ਼ਾ 'ਚ ਬੜਾ ਚਾਲੂ ਪੁਰਜਾ ਹੈ ਪਿੱਪਲ ਸਿੰਘ ਕਈ ਤਾਂ ਹੁਣ ਉਹਨੂੰ ਜੱਥੇਦਾਰ ਆ ਕੇ ਬੁਲਾਉਂਦੇ ਹਨ ਅੱਧੇ ਕੁ ਸਤਕਾਰ ਨਾਲ ਅੱਧੇ ਕੁ ਮਸ਼ਕਰੀ ਨਾਲ ਉਦੋਂ ਧਰਤੀ ਤੋਂ ਗਿੱਠ ਉੱਚਾ ਹੋ ਜਾਂਦਾ ਇੱਥੋਂ ਤਿੱਕਰ ਪਹੁੰਚਣ ਲਈ ਬੜੀ ਜਦੌਜਹਿਦ ਕੀਤੀ ਹੈ ਉਹਨੇ ਰੂਟ ਸਿੰਘ ਤੋਂ ਬਹੁਤ ਵਰੀ ਪਹਿਲਾਂ ਤਾਂ ਕਲਕੱਤੇ ਆਇਆ ਹੋਇਆ ਹੈ ਕਿਸ਼ਨ ਸਿੰਘ ਦੇ ਵੇਲੇ ਦਾ ਪਹਿਲਾਂ ਪਹਿਲਾਂ ਟੈਕਸੀਆਂ ਧੋਂਦਾ ਰਿਹਾ ਫਿਰ ਹੌਲੀ ਹੌਲੀ ਡਰਾਈਵਰ ਬਣ ਗਿਆ ਜਿਹਨੂੰ ਥੋੜੀ ਬਹੁਤ ਟਾਰਚ ਵੇਖਦਾ ਸੋਚਦਾ ਇਹ ਮੇਰੇ ਨਾਲੋਂ ਵੱਧ ਕਮਾਉਂਦਾ ਹੋਊ ਉਧਰ ਨੂੰ ਉਲਰ ਜਾਂਦਾ ਕਦੇ ਬੱਸ ਚਲਾਉਣ ਲੱਗ ਪੈਂਦਾ ਕਦੇ ਕਿਸੇ ਦੇ ਟਰੱਕ ਤੇ ਲੱਗ ਜਾਂਦਾ ਇੱਕ ਵਾਰ ਕਿਸੇ ਹੋਟਲ ਦੇ ਮਾਲਕ ਨੂੰ ਮਲਾਈ ਵਾਲੀ ਚਾਹ ਪੀਂਦਿਆਂ ਵੇਖ ਲਿਆ ਤਾਂ ਹੋਟਲ ਖੋਲ੍ਹ ਲਿਆ 4 ਕੁ ਮਹੀਨਿਆਂ ਪਿਛੋਂ ਹੋਟਲ ਛੱਡ ਕੇ ਕਾਰਾਂ ਦਾ ਕੰਮ ਸਿੱਖਣ ਲੱਗਾ ਹੱਥ ਕਾਲੇ ਰਹਿੰਦੇ ਫਿਰ ਟੈਕਸੀ ਚਲਾਉਣ ਲੱਗਾ ਦੂਸਰੇ ਡਰਾਈਵਰਾਂ ਨੂੰ ਚੱਕਵਾਂ ਚੁੱਲਾ ਆਖਣ ਲੱਗ ਪਏ। ਇੱਧਰ-ਉੱਧਰ ਹਰ ਪਾਸੇ ਹੱਥ-ਪੈਰ ਮਾਰਦੇ, ਕਲਕੱਤੇ 'ਚ ਪੰਜਾਬੀਆਂ ਦੇ ਹਰ ਵਰਗ ਨਾਲ ਉਹਦੀ ਪਛਾਣ ਬਧੀ। ਹੁਣ ਕਿਸੇ ਨੂੰ ਬਹੁਤਾ ਨਹੀਂ ਸੀ ਸਮਝਾਉਣਾ ਪੈਂਦਾ ਪਿੱਪਲ ਕਿਹੜਾ ਬਈ, ਉਹ ਚੱਕਵਾਂ ਚੁੱਲਾ ਕਹੇ ਤੋਂ ਲੋਕ ਸਮਝ ਜਾਂਦੇ। ਇਹੋਂ ਤੁਰੇ ਫਿਰਦੇ ਨਹੀਂ ਆਪਣੀ ਇੱਕ ਟੈਕਸੀ ਬਣਾ ਲਈ। ਉਹਨਾਂ ਦਿਨਾਂ 'ਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ ਸੀ। ਉਹਦੇ ਕੁਝ ਲੰਡੂ ਯਾਰਾਂ ਨੇ ਚੱਕ ਚਕਾ ਕੇ ਉਹਦਾ ਫਾਰਮ ਭਰਾ ਦਿੱਤਾ। ਪਹਿਲੀ ਕਮੇਟੀ ਨੇ ਰੋਜ਼ ਕੀਤਾ ਇਹ ਤਾਂ ਰੋਮ ਕਤਲ ਰੋਮ ਕਤਲ ਕਰਦਾ ਹੈ ਜਰਦਾ ਖਾਂਦਾ ਹੈ ਸ਼ਰਾਬ ਸੇਵਨ ਕਰਦਾ ਹੈ ਅਜੇ ਪਾਪੀ ਬੰਦੇ ਗੁਰੂ ਘਰ ਦਾ ਪ੍ਰਬੰਧ ਕਰਨ ਲੱਗੇ ਕਰਨ ਅੱਗੇ ਆਉਣਗੇ ਤਾਂ ਗੁਰੂ ਘਰ ਦੀ ਬੇਅਦਬੀ ਹੈ ਕੁਝ ਕੁਣਤਰੀਆਂ ਨੇ ਪਿੱਪਲ ਸਿੰਘ ਤੋਂ ਪ੍ਰਣ ਪੱਤਰ ਲਿਖਵਾ ਲਿਆ ਸਾਧ ਸੰਗਤ ਜੀ ਅੱਗੇ ਤੋਂ ਰੋਮ ਕਤਲ ਨਹੀਂ ਕਰਾਂਗਾ ਅੰਮ੍ਰਿਤ ਛਕ ਲਵਾਂਗਾ ਜਰਦਾ ਨਹੀਂ ਲਵਾਂਗਾ ਸ਼ਰਾਬ ਨਹੀਂ ਪੀਵਾਂਗਾ ਪਰਾਈ ਔਰਤ ਨੂੰ ਆਪਣੀ ਧੀ ਪੈਣ ਮਾਂ ਸਮਝਾਂਗਾ ਕਲੀ ਕਮੇਟੀ ਦੀ ਤਤਸੱਲੀ ਹੋ ਗਈ ਪਰ ਜਦੋਂ ਪ੍ਰਾਣ ਪੱਤਰ ਭਰ ਕੇ ਪਿੱਪਲ ਸਿੰਘ ਗੁਰਦੁਆਰੇ ਤੋਂ ਬਾਹਰ ਆਇਆ ਤਾਂ ਆਪਣੇ ਯਾਰਾਂ ਬੇਲੀਆਂ ਚ ਉਹਦੀ ਜਿਵੇਂ ਧਾ ਨਿਕਲ ਗਈ ਸ਼ਰਾਬ ਤਾਂ ਨਹੀਂ ਛੱਡੀ ਜਾਣੀ ਇੱਕ ਦੋ ਹੋਰ ਮੈਂਬਰਾਂ ਨਾਲ ਗੱਲ ਕੀਤੀ ਆਂਦਾ ਜੀ ਸ਼ਰਾਬ ਨਾ ਪੀਵਾਂ ਤਾਂ ਮੈਨੂੰ ਕਬਜ਼ ਹੋ ਜਾਂਦੀ ਹੈ ਮੈਂ ਤਾਂ ਬਿਮਾਰ ਹੋ ਜਾ ਬੰਗਾਲ ਚ ਦਵਾਈ ਹੈ ਸ਼ਰਾਬ ਉਹਨਾਂ ਨੇ ਸਮਝਾਇਆ ਅੰਮ੍ਰਿਤ ਛਕਣ ਤੋਂ ਬਾਅਦ ਸਵਾ ਮਹੀਨਾ ਤੱਕ ਬਿਲਕੁਲ ਨਹੀਂ ਪੀਣੀ ਮर्याਦਾ ਹੈ ਫਿਰ ਤੇਰਾ ਜ਼ਿਕਰ ਹੈ ਤਾਂ ਲੁਕ ਛਿਪ ਕੇ ਸੇਵਨ ਕਰ ਸਕਦਾ ਹੈ ਪਬਲਿਕ ਥਾਵਾਂ ਤੇ ਨਹੀਂ ਅਸੀਂ ਬਾਹਰ ਆਪਣੀ ਕੌਮ ਦੀ ਪ੍ਰਤੀਨਿਧਤਾ ਕਰਦੇ ਹਾਂ ਅਮਰਿਤ ਛੱਕਿਆ ਜਈ ਕੋ ਕਰਮ ਸ਼ਰੇਆਮ ਕਰਾਂਗੇ ਤਾਂ ਸਾਰੇ ਭਾਈਚਾਰੇ ਦੀ ਹੀਠੀ ਹੁੰਦੀ ਭਾਈਚਾਰੇ ਦੀ ਹੀਠੀ ਹੁੰਦੀ ਹੈ ਹਾਂ ਰੋਮ ਬਿਲਕੁਲ ਨਹੀਂ ਕਟਰੇ ਇਹਦੇ ਨਾਲ ਤਾਂ ਸ਼ਾਨ ਹੈ ਸਿੱਖ ਦੀ ਪਿੱਪਲ ਧਰਮ ਦੇ ਸੰਕਟ 'ਚ ਫਸ ਗਿਆ ਅਮਰਿਤ ਛੱਕੇ ਪਿੱਪਲ ਸਿੰਘ ਤਾਂ ਬਣ ਗਿਆ ਪਰ ਮਨ ਸਦਾ ਡੋਲਦਾ ਰਹਿੰਦਾ ਆਪਣੇ ਪ੍ਰਣ ਤੇ ਕਾਮ ਰਹਿ ਸਕੇਗਾ ਵੀ ਜਾਣੀ ਜਾਨ ਪਹਿਚਾਨ ਸੀ ਮੈਂਬਰ ਉਹ ਚੁਣ ਲਿਆ ਗਿਆ ਹੌਲੀ ਹੌਲੀ ਉਹਨੂੰ ਆਪਣੇ ਐਬਾਂ ਤੇ ਪਰਦਾ ਪਾਉਣ ਦੀ ਜਾਂਚ ਆਉਂਦੀ ਗਈ ਕਮੇਟੀ ਦੇ ਕੁਝ ਧਾਰਮਿਕ ਮੈਂਬਰਾਂ ਵੱਲੋਂ ਪਿੱਪਲ ਸਿੰਘ ਨੂੰ ਮੈਂਬਰੀ ਤੋਂ ਖਾਰਜ ਕਰ ਦੇਣ ਦੀਆਂ ਚੇਤਾਵਨੀਆਂ ਮਿਲਣ ਦੇ ਬਾਵਜੂਦ ਪਿੱਪਲ ਸਿੰਘ ਆਪਣੀਆਂ ਮੰਨਾਈਆਂ ਕਰਦਾ ਰਿਹਾ ਇਸ ਦੇਸ਼ ਦੀ ਰਾਜਨੀਤੀ ਤੇ ਧਾਰਮਿਕ ਸਿਆਸਤ ਵਿੱਚ ਜਿਹੜਾ ਇੱਕ ਵਾਰੀ ਕੁਰਸੀ ਨੂੰ ਚਿੰਬੜ ਗਿਆ ਉਹਨੂੰ ਛੇਤੀ ਕਿਤੇ ਲੰਬੇ ਨਹੀਂ ਕੀਤਾ ਜਾ ਸਕਦਾ ਪਿੱਪਲ ਸਿੰਘ ਹੌਲੀ ਹੌਲੀ ਜਥੇਦਾਰ ਪਿੱਪਲ ਸਿੰਘ ਬਣ ਗਿਆ ਐਮਰਜੈਂਸੀ ਵੇਲੇ ਗ੍ਰਿਫਤਾਰੀ ਦੇ ਕੇ ਉਹਨੇ ਪੱਕਾ ਲੀਡਰ ਬਣਨ ਦੇ ਸਾਰੇ ਰਾਹ ਸਾਫ਼ ਕਰ ਲਏ। ਅੰਮ੍ਰਿਤਸਰ ਚ ਕੋਈ ਧਾਰਮਿਕ ਉਥਲ-ਪੁਥਲ ਹੁੰਦੀ ਤਾਂ ਪਿੱਪਲ ਸਿੰਘ ਨਾਲ ਸਥਾਨਕ ਲੋਕ ਸਲਾਹ-ਮਸ਼ਵਰੇ ਕਰਦੇ। ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਉਹਨੂੰ ਰਾਜਨੀਤਿਕ ਦਾਅ-ਪੇਚ ਆਉਂਦੇ ਗਏ। ਮਨੰਦਰ ਕੀ ਹੈ ਪ੍ਰਸੰਗਤਾਮੂਰੇ ਕਿਸ ਤਰ੍ਹਾਂ ਦਾ ਰੂਪ ਲੈ ਕੇ ਜਾਣਾ ਹੈ ਭਲੇ ਪੰਥ ਸਿੱਖ ਗਿਆ ਪਿੱਪਲ ਸਿੰਘ। ਕੋਈ ਵੀ ਧਾਰਮਿਕ ਮਸਲਾ ਜਾਂ ਪੰਜਾਬੀਆਂ ਦੇ ਆਪਸੀ ਝਗੜੇ ਪਿੱਪਲ ਸਿੰਘ ਦੀ رائے ਨਾਲ ਹੱਲ ਹੋਣ ਲੱਗੇ। ਅਗਲੀਆਂ ਚੋਣਾਂ 'ਚ ਜੋੜ-ਤੋੜ ਕਰਕੇ ਉਹ ਕਮੇਟੀ ਦਾ ਪ੍ਰਧਾਨ ਬਣ ਗਿਆ। ਸਮਾਜਿਕ ਰੁਤਬੇ ਦੇ ਨਾਲ-ਨਾਲ ਲక్ష్ਮੀ ਦੇਵੀ ਵੀ ਕਿਰਪਾ ਕਰਨ ਲੱਗੀ। ਇਧਰੋਂ-ਉਧਰੋਂ ਸਾਰੇ ਕੰਮ ਜ਼ਬਾਨ ਨਾਲ ਜਾਂ ਉਧਾਰ ਹੋਣ ਲੱਗੇ। ਸਰਕਾਰੀ ਦਰਬਾਰੇ ਪੁੱਛ ਪ੍ਰਤੀਤਵਦੀ ਗੁਰਦੁਆਰੇ ਦੇ ਲੱਖਾਂ ਦੇ ਅਕਾਊਂਟ ਤੇ ਉਹਦੇ ਦਸਖਤ ਹੁੰਦੇ। ਦੁਕਾਨਦਾਰ ਗੁਰਪੁਰ ਵੇਲੇ ਪੰਡਾਲ ਬਣਾਉਣ ਵੇਲੇ ਵਾਲੇ ਤੇ ਹੋਰਨੇਕਾਂ ਪਿੰਪਲ ਸਿੰਘ ਦੇ ਜੀ ਹਜੂਰੀਏ ਬਣ ਗਏ। ਜਿਸ ਬੈਂਕ ਚ ਅਕਾਊਂਟ ਸੀ ਮੈਨੇਜਰ ਆ ਉਹ ਭਗਤ ਕਰਨ ਲੱਗਾ ਉਹਦਾ ਮਾਨ ਸਤਕਾਰ ਕਰਨ ਲਈ ਮੈਨੇਜਰ ਨੇ ਉਹਨੂੰ ਇੱਕ ਟਰੱਕ ਵੀ ਫਾਈਨਾਂਸ ਕਰ ਦਿੱਤਾ ਕੁਝ ਧਾਰਮਿਕ ਤੇ ਇਮਾਨਦਾਰ ਲੋਕਾਂ ਚ ਇਸ ਗੱਲ ਦਾ ਚਰਚਾ ਛਿੜਿਆ ਕਈਆਂ ਨੇ ਤਾਂ ਉਹਦੇ ਮੂੰਹ ਤੇ ਵੀ ਕਿਹਾ ਪੇਪਰ ਸਿਆਂ ਜੱਥੇਦਾਰਾ ਕਿੱਥੇ ਭਰੇਗਾ ਗੁਰੂ ਘਰ ਦੇ ਖਾਤੇ ਚ ਪਏ ਪੈਸਿਆਂ ਦੇ ਸਿਰ ਤੇ ਤੇਰਾ ਟਰੱਕ ਫਾਈਨਾਂਸ ਹੋ ਗਿਆ ਠੀਕ ਹੈ ਅਸੀਂ ਤਾਂ ਉਸ ਘਰ ਪੂਜਾ ਦੇ ਸਕਨੇ ਹਾਂ ਪਰ ਇਸ ਤਰ੍ਹਾਂ ਲਾਲਚ ਕਰਨਾ ਤਾਂ ਸਾਡੇ ਲਈ ਗਊ ਹੱਤਿਆ ਬਰਾਬਰ ਹੈ ਪਿੱਪਲ ਸਿੰਘ ਨੇ ਕਿਸੇ ਕਿਸੇ ਦੀ ਪਰਵਾਹ ਨਹੀਂ ਕੀਤੀ ਜਦੋਂ ਉਹਦੇ ਮਿੱਤਰ ਉਹਨੂੰ ਲੋਕਾਂ ਦੀਆਂ ਗੱਲਾਂ ਬਾਰੇ ਦੱਸਦੇ ਤਾਂ ਹੱਸ ਕੇ ਕਹਿੰਦਾ ਜਦੋਂ ਹਾਥੀ ਲੰਘਦਾ ਹੈ ਕੁੱਤੇ ਤਾਂ ਭੌਂਕਦੇ ਹੀ ਰਹਿੰਦੇ ਹੈ ਹਾਥੀ ਆਪਣੀ ਮਸਤ ਚਾਲ ਤੁਰਿਆ ਰਹਿੰਦਾ ਇੱਕ ਮੀਟਿੰਗ 'ਚ ਪਿੱਪਲ ਸਿੰਘ ਤੇ ਹੋਰ ਵੀ ਦੂਸ਼ਣ ਲਾਏ ਗਏ ਮੈਂਬਰਾਂ 'ਕਿਿਆ ਪ੍ਰਧਾਨ ਹੋਣ ਦੇ ਨਾਤੇ ਜਥੇਦਾਰ ਸਾਹਿਬ ਨੂੰ ਭੇੜੀਆਂ ਆਤਾਂ ਛੱਡ ਦੇਣੀਆਂ ਚਾਹੀਦੀਆਂ ਉਹਨਾਂ ਨੇ ਉਦਾਹਰਨਾਂ ਦੇ ਕੇ ਦੱਸਿਆ ਕਿ ਕਿੱਥੇ-ਕਿੱਥੇ ਉਹਨਾਂ ਪਿੱਪਲ ਸਿੰਘ ਨੂੰ ਸ਼ਰਾਬ ਪੀਂਦੇ ਵੇਖਿਆ ਇਦੇ 'ਚ ਗੁਰੂ ਘਰ ਦੀ ਬੇਅਦਬੀ ਹੈ ਤੇ ਸਾਰੀ ਕਮੇਟੀ ਦਾ ਬਦਨਾਮ ਹੁੰਦੀ ਹੈ ਸਭ ਤੋਂ ਮਾੜੀ ਗੱਲ ਹੋਰ ਵੀ ਹੈ ਜਦੋਂ ਦੂਜੇ ਰਾਜਾਂ ਦੇ ਲੋਕ ਸਾਨੂੰ ਇਸ ਤਰ੍ਹਾਂ ਖਾਂਦਿਆਂ ਪੀਂਦਿਆਂ ਵੇਖਦੇ ਆ ਉਹ ਸਮਝਣਗੇ ਸ਼ਾਇਦ ਗੁਰਦੁਆਰਿਆਂ ਦੇ ਪ੍ਰਧਾਨ ਸਾਰੇ ਇਸ ਤਰ੍ਹਾਂ ਦੇ ਹੁੰਦੇ ਹੋਣਗੇ ਇਸ ਲਈ ਜਾਂ ਸਾਡੇ ਅਸਤੀਫੇ ਲੈ ਲਓ ਜਾਂ ਪ੍ਰਧਾਨ ਬਦਲ ਦਿਓ ਗੁਰੂ ਘਰ ਦੀ ਮਾਨ ਮਰਿਆਦਾ ਭੰਗ ਕਰਨ ਵਾਲਾ ਪ੍ਰਧਾਨ ਸਾਨੂੰ ਕਬੂਲ ਨਹੀਂ ਮੀਟਿੰਗ 'ਚ ਬੜਾ ਰੌਲਾ ਪਿਆ ਪ੍ਰਧਾਨ ਬਦਲਣ ਨਾਲ ਹੋਰ ਕਈ ਸਮੱਸਿਆਵਾਂ ਪੈਦਾ ਹੋਣੀਆਂ ਸੀ ਸਾਰੀ ਕਮੇਟੀ ਨੇ ਪ੍ਰਧਾਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੱਗੋਂ ਜਿਆ ਨਾ ਕਰਨ ਦੀ ਕਹਿਣ ਤੇ ਜ਼ੋਰ ਪਾਇਆ। ਪਿੰਪਲ ਸਿੰਘ ਨੇ ਗੱਲ 'ਚ ਸਫਾ ਪਾ ਕੇ ਸਭਨਾਂ ਸਾਹਮਣੇ ਭੁੱਲ ਚੁੱਕ ਦੀ ਮਾਫੀ ਮੰਗੀ ਤੇ ਅੱਗੇ ਤੋਂ ਪੂਰੀਆਂ ਰਹਿਤਾਂ ਵਿੱਚ ਰਹਿਣ ਲਈ ਬਲ ਬਖਸ਼ ਕਰਨ ਦੀ ਬੇਨਤੀ ਕੀਤੀ। ਫਿਰ ਲੋਕਾਂ ਨੂੰ ਇਹ ਗੱਲ ਭੁੱਲ ਭੁਲਾ ਗਈ। ਇੱਕੋ ਇੱਕ ਮੁੰਡਾ ਉਹਦਾ ਨਾਂ ਪਤਾ ਨਹੀਂ ਕੀ ਹੈ। ਸਭ ਉਹਨੂੰ ਗੋਲਡੀ ਕਹਿੰਦੇ ਐ। ਗੱਲ 'ਚ ਸੋਨੇ ਦੀ ਬਰੀਕ ਜੀ ਚੇਨ, ਜੀਨ ਤੇ ਇੰਪੋਰਟਡ ਪ੍ਰਿੰਟਾਂ ਦੀ ਬੁਸ਼ਟਾਂ ਪਾਉਣੇ। ਸਿਰ ਤੇ ਹਮੇਸ਼ਾ ਪਟਕਾ ਹੁੰਦਾ ਹੈ। ਇਹੋ ਜਿਹੀ ਮਾਡਰਨ ਪਹਿਰਾਵੇ ਵਾਲੇ 4-5 ਮੁੰਡੇ ਹਮੇਸ਼ਾ ਹੋਟਲ ਤੇ ਉਸ ਕੋਲ ਲੱड्डा ਮਾਰਦੇ ਆ। ਫੈਸ਼ਨ ਦੇ ਤੌਰ ਤੇ ਕਦੇ ਸਭਨਾਂ ਦੇ ਹੱਥਾਂ 'ਚ ਹਾਕੀਆਂ ਹੁੰਦੀਆਂ, ਕਦੇ ਕ੍ਰਿਕਟ ਬੈਟ। ਸਵੇਰੇ-ਸਵੇਰੇ ਟਰੈਕ ਸੂਟ ਪਾ ਕੇ ਦਿਖਾਵੇ ਵਜੋਂ ਵਿਕਟੋਰੀਆ ਦੇ ਮੈਦਾਨ 'ਚ ਹਾਕੀ ਖੇਡਣ ਵੀ ਜਾਂਦੇ ਆ। ਖਾਲਸਾ ਸਕੂਲ 'ਚ 10 ਜਮਾਤਾਂ ਤੱਕ ਪੜ੍ਹ ਕੇ ਅੰਗਾਮ ਪੜਨ ਦੀ ਇਹਨਾਂ ਕਾਕਿਆਂ ਨੂੰ ਲੋੜ ਨਹੀਂ ਹੁੰਦੀ। ਕਿਸੇ ਨੇ ਟੈਕਸੀ ਚਲਾਉਣੀ ਹੈ। ਕਿਸੇ ਨੇ ਗਰਾਜ ਵਿੱਚ ਦੇਖਭਾਲ ਕਰਨੀ ਹੈ ਕਿਸੇ ਨੇ ਹੋਟਲ ਤੇ ਬੈਠਣਾ ਹੁੰਦਾ ਹੈ ਕਿਸੇ ਨੇ ਨਿਤਨੇਮ ਗੁਰਦੁਆਰੇ ਜਾ ਕੇ ਫਿਰ ਸਾਰਾ ਦਿਨ ਕੁੱਤਿਆਂ ਦੀ ਪੂਛਾਂ ਮਰੋਣੀਆਂ ਹੁੰਦੀਆਂ ਨੇ ਗੋਲਦੀ ਵੀ ਕੁਝ ਇਸੇ ਤਰ੍ਹਾਂ ਦੇ ਕਾਕਿਆਂ ਵਿੱਚੋਂ ਹੈ ਇੱਕ ਵਾਰ ਜ਼ਰੂਰ ਗੁਰਦੁਆਰੇ ਜਾਂਦਾ ਹੈ ਪੈਸੇ ਜਥੇਦਾਰ ਨੇ ਸਾਰੇ ਪਰਿਵਾਰ ਨੂੰ ਹਦਾਇਤ ਕੀਤੀ ਹੈ ਗੁਰਦੁਆਰਾ ਸਾਹਿਬ ਹਰ ਰੋਜ਼ ਜਾਣਾ ਸੱਚੇ ਮਨ ਨਾਲ ਤੇ ਉਹਦੀ ਪਤਨੀ ਜਾਂਦੀ ਹੈ ਅਪਾਰ ਸ਼ਰਦਾ ਨਾਲ ਉਹ ਗੁਰਦੁਆਰੇ ਦੀਆਂ ਪੌੜੀਆਂ ਗੁਰਦੁਆਰੇ ਦਾ ਫਰਸ਼ ਆਪਣੀ ਚੁੰਨੀ ਨਾਲ ਸਾਫ਼ ਕਰਦੀ ਹੈ ਉਸਦਾ ਵੈਗਰੂ ਅੱਗੇ ਅਰਦਾਸ ਕਰਦੀ ਹੈ हे ਸੱਚੇ ਪਾਤਸ਼ਾ ਤੂੰ ਮੇਰੇ ਮਨੁੱਖ ਦੀਆਂ ਗਲਤੀਆਂ ਮਾਫ ਕਰੀ ਉਹ ਹੰਕਾਰੀ ਹੈ ਤੇਰੀ ਲੀਲਾ ਨਹੀਂ ਜਾਣਦਾ ਮੁੰਡੇ ਦੀ ਸੋਹਬਤ ਵੀ ਚੰਗੀ ਨਹੀਂ ਉਹਨੂੰ ਆਪਣੇ ਚਰਨਾਂ ਨਾਲ ਜੋੜ ਪਿਓ ਵਾਂਗ ਪੁੱਤ ਵੀ ਗੁਰੂ ਦੇ ਚਰਨਾਂ ਨਾਲ ਕਿੰਨਾ ਕੁ ਜੁੜਿਆ ਹੈ ਜਦੋਂ ਉਹਦੇ ਯਾਰ ਬੇਲੀ ਇਕੱਠੇ ਹੁੰਦੇ ਹਨ ਸਦਾ ਕਦੇ ਗਰੰਥੀਆਂ ਦੀਆਂ ਕਦੇ ਰਾਗੀਆਂ ਦੀਆਂ ਕਦੇ ਕਮੇਟੀ ਮੈਂਬਰਾਂ ਦੀਆਂ ਬਦਖੂਈਆਂ ਕਰਦੇ ਰਹਿੰਦੇ ਹੈ ਤੇ ਜੇ ਆਪਣੀਆਂ ਗੱਲਾਂ ਕੋਈ ਜਥੇਦਾਰ ਸੁਣ ਲਵੇ ਉਹ ਦਰਜਾ ਹਰ ਕਰਦੀ ਹੈ ਜਿੰਨਾ ਚਿਰ ਆਪਣਾ ਡੈਡੀ ਪ੍ਰਧਾਨ ਹੈ ਕੋਈ ਸਾਲਾ ਆਪਣੀ ਵਾਅ ਵੱਲ ਨਹੀਂ ਝਾਕ ਸਕਦਾ 골ਡੀ ਇੱਕ ਥਾਪੜਦਾ ਇੱਕ ਦਿਨ ਜਈਆਂ یخਮਖੀਆਂ ਕਰ ਰਹੇ ਸੀ ਦੋਹਰੋਂ ਆਉਂਦੀ ਪੀਲੇ ਝੰਡੇ ਵਾਲੀ ਜੀਪ ਵੇਖ ਕੇ ਇੱਕ ਨੇ ਕੈਚ-ਅਪ ਕਰ ਜੋ ਕੰਜਰੋ ਆ ਗਿਆ ਪ੍ਰਧਾਨ ਸਾਰੇ ਚੁੱਪ ਹੋ ਗਏ ਪਿੰਪਲ ਸਿੰਘ ਆਪ ਹੀ ਜੀਪ ਚਲਾ ਰਿਹਾ ਸੀ ਨੀਲੀ ਪੱਗ ਖੁੱਲੀ ਦਾੜੀ ਚਿੱਟਾ ਕੁਰਤਾ ਪਜਾਮਾ ਕਾਲੀ ਜਲਸਾ ਜੁੱਤੀ ਕੱਛ 'ਚ ਛੋਟਾ ਜਿਹਾ ਬੈਗ ਉਹ ਜੀਪ ਚ ਉਤਰਿਆ ਦਾੜੀ ਤੇ ਹੱਥ ਫੇਰਿਆ ਤੇ ਇੱਕ ਲੱਤ ਥੋੜੀ ਜੀ ਉਗਾਸ ਕੇ ਛੱਡਿਆਂ 'ਚ ਖੁਰਕ ਕਰਨ ਲੱਗਿਆ ਮੁੰਡਿਆਂ ਨੂੰ ਘੂਰ ਕੇ ਵੇਖਿਆ ਫਿਰ ਹੋਟਲ ਤੇ ਆ ਕੇ ਕੁਛ ਹਦਾਇਤਾਂ ਦਿੱਤੀਆਂ ਛੱਡਿਆਂ 'ਚ ਫਿਰ ਜਲੂਣ ਜੀ ਹੋਈ ਖੁਰਕਣ ਲੱਗਾ ਪਰ ਮੁੰਡਿਆਂ ਦੀ ਖਚਰੀ ਅੱਖ ਵੇਖ ਕੇ ਹਟ ਗਿਆ ਜਾਣ ਲੱਗੇ ਨੇ ਗੋਲਡੀ ਨੂੰ ਹੁਕਮ ਦਿੱਤਾ ਕਾਕਾ ਜੱਗੂ ਬਾਜ਼ਾਰੋਂ ਗੁਰਪੁਰਬ ਦਾ ਰਾਸ਼ਨ ਲੈ ਕੇ ਪਹੁੰਚਾਣਾ ਨਾਲੇ ਸੁਣ ਅਗਲੇ ਮਹੀਨੇ ਰਾੜੇ ਵਾਲੇ ਸੰਤਾਂ ਨੇ ਆਉਣਾ ਹੈ ਜਾ ਕੇ ਪੰਡਾਲ ਵਾਲਿਆਂ ਨਾਲ ਗੱਲ ਕਰ ਕਹੀਂ ਪ੍ਰਧਾਨ ਨੇ ਭੇਜਿਆ ਅਸੀਂ 에어ਪੋਰਟ ਤੇ ਚੱਲੇ ਆਂ ਪੰਜਾਬ ਤੋਂ ਕਾਲੀ ਲੀਡਰ ਆਉਣੇ ਆ ਪਿੱਪਲ ਸਿੰਘ ਜੀਪ ਸਟਾਰਟ ਕਰਕੇ ਚਲਾ ਗਿਆ ਬੜੀ ਕੁੱਤੀ ਸ਼ਾਇਆ ਵੀ ਥੋੜਾ ਬੁढ़ा ਵੀ ਇੱਕ ਨੇ ਗੋਲਦੀ ਦੇ ਪਿਓ ਦੀ ਵਡਿਆਈ ਕੀਤੀ ਤੇ ਸਾਰੇ ਹੱਸ ਪਏ ਪ੍ਰਧਾਨਗੀ ਐਵੇਂ ਨਹੀਂ ਹੁੰਦੀ ਆ ਆਖ ਕੇ ਗੋਲਦੀ ਨੇ ਕਹਿਣ ਵਾਲੀ ਦੀ ਤਾਇਦ ਕੀਤੀ ਇਸੇ ਪਿੱਪਲ ਨੂੰ ਰੂੜ ਸਿੰਘ ਦੋ ਵਾਰ ਮਿਲਿਆ ਸੀ ਔਖੇ ਵੇਲੇ ਮਦਦ ਕਰਨ ਲਈ ਉਸ ਮੂਰੇ ਹੱਥ ਬੰਨ ਕੇ ਅਰਦਾਸ ਕੀਤੀ ਸੀ ਜਿਵੇਂ ਸੱਚਮੁੱਚ ਗੁਰਦੁਆਰੇ ਖੜਾ ਹੋਵੇ ਪਰ ਪਿੱਪਲ ਸਿੰਘ ਨੇ ਬਾਹ ਨਹੀਂ ਸੀ ਫੜਾਈ ਉਲਟਾ ਉਹਨੇ ਰੂਤ ਸਿੰਘ ਨੂੰ ਝਾੜ ਪਾਈ ਸੀ ਤੇਰਾ ਮੁੰਡਾ ਠੀਕ ਨਹੀਂ ਐ ਪਤਾ ਨਹੀਂ ਕੀ ਕੀ ਲੁੱਟਾਂ ਖੋਹਾਂ ਕਰਦਾ ਫਿਰਦਾ ਧਰਮ ਬਾਰੇ ਵੱਧ ਘੱਟ ਬੋਲਦਾ ਬੇਅਦਬੀ ਐ ਗੁਰੂ ਘਰ ਦੀ ਸਾਡੀ ਰਿੰਦਿਆ ਕਰਦਾ ਸਾਨੂੰ ਠੱਗ ਚੋਰ ਦੱਸਦਾ ਅਸੀਂ ਤੈਨੂੰ ਠੱਗ ਚੋਰ ਜਾਪਦੇ ਹਾਂ ਗੁਰੂ ਘਰ ਦੀ ਸੇਵਾ ਕਰਦੇ ਆ ਨਿਸ਼ਕਾਮ ਇਹ ਜੇ ਮੁੰਡੇ ਦਾ ਪਿਓ ਸਾਡੇ ਮੂਰੇ ਹੱਥ ਅੱਡੀ ਖੜਾ ਤੂੰ ਘਟ ਹੀ ਆਇਆ ਕਰ ਇੱਧਰ ਬੇਇੱਜ਼ਤੀ ਕਰਾਏਂਗਾ ਸਾਡੀ ਵੀ ਗਵਰਨਮੈਂਟ ਪੂਰਾ ਮਾਣ ਕਰਦੀ ਐ ਸਾਡਾ ਮੁੱਖ ਮੰਤਰੀ ਕੁਰਸੀ ਛੱਡ ਕੇ ਮਿਲਦਾ ਐ ਤੇਰੇ ਨਾਲ ਫਿਰਦੇ ਵੇਖ ਲਿਆ ਤਾਂ ਅpsarane ਸਮਝਣਾ ਅਸੀਂ ਵੀ ਇਹੋ ਜਿਹੇ ਹੋਵਾਂਗੇ ਉਸ ਦਿਨ ਤੋਂ ਬਾਅਦ ਰੂਤ ਸਿੰਘ ਦੇ ਜਥੇਦਾਰ ਨਾਲ ਦਵਾ ਸਲਾਮਤਾ ਸੀ ਆਉਣ ਜਾਣ ਨਹੀਂ ਸੀ ਅੰਗ ਸਤਰਵ ਮੇਰ ਤੇ ਅੱਜ ਕੱਲ੍ਹ ਲక్ష్ਮੀ ਮਿਹਰਬਾਨ ਹੈ ਹਫਤੇ 'ਚ 1500 2000 ਦੀ ਉੱਪਰੋਂ ਕਮਾਈ ਹੁੰਦੀ ਹੈ ਘਰ ਆਏ ਦਾ ਵੀ ਮਾਨ ਸਤਕਾਰ ਹੁੰਦਾ ਹੈ ਉਹਨੂੰ ਕੁਝ ਵੀ ਚੰਗਾ ਮਾੜਾ ਕਰੇ ਉਹਨੂੰ ਕੋਈ ਨਹੀਂ ਟੋਕਦਾ ਉਹਨੂੰ ਯਾਦ ਆ ਇੱਕ ਦਿਨ ਦੁਪਹਿਰੇ ਹੀ ਹੋ ਤੇ ਦੋ ਹੋ ਡਰਾਈਵਰ ਕਮਰੇ ਚ ਬੈਠੇ ਸ਼ਰਾਬ ਪੀ ਰਹੇ ਸੀ ਬਾਰੋ ਰੂਡ ਸਿੰਘ ਆ ਗਿਆ ਉਹਨੇ ਮੇਰ ਨੂੰ ਤਾਂ ਕੁਛ ਨਹੀਂ ਆਖਿਆ ਕਰਤਾਰੀ ਕੋਲ ਹੌਲੀ ਹੌਲੀ ਰਿੱਜਿਆ ਇਹ ਕੋਈ ਸੂਲ ਹੈ ਨਾਲੇ ਬਗਾਨਿਆਂ ਨੂੰ ਘਰ ਲਿਆਉਣ ਦਾ ਕੀ ਰਾ ਚੁੱਪ ਕਰ ਮੁੰਡੇ ਖੁੰਡੇ ਹੈ ਹੁਣ ਘਰ ਹੀ ਆਉਣਾ ਆਪ ਨੂੰ ਆਪ ਤੂੰ ਅਜੇ ਨਹੀਂ ਹਟਦਾ ਪਿੰਡ ਤੋਂ ਕਰਤਾਰੀ ਚੁੱਪ ਕਰਾ ਦਿੰਦੀ ਪਰ ਹੁਣ ਤਾਂ ਨਾ ਇੱਥੇ ਬੇਬੇ ਜੀ ਦਾ ਬਾਪੂ ਪਰਜਾਇ ਵੀ ਇਧਰੇ ਆ ਗਈ ਸੀ ਕੁਛ ਦਿਨਾਂ ਲਈ ਪਰ ਫੇਰ ਵੀ ਸਭ ਖੁੱਲਾ ਹੋਣ ਦੇ ਬਾਵਜੂਦ ਵੀ ਦੋਹਾਂ 'ਚ ਇੱਕ ਸੰਕੋਚ ਸੀ ਇੱਕ ਝਿਜਕ ਸਵੇਰੇ ਉੱਠ ਕੇ ਦੋਵੇਂ ਇੱਕ ਦੂਜੇ ਨਾਲ ਅੱਖ ਮਿਲਾਉਣੇ ਕਤਰਉਂਦੇ ਸੀ ਰਾਤ ਦੇ ਹਨੇਰੇ ਵਿੱਚ ਲਾ ਸ਼ਰਾਬੀ ਮੇਰੂ ਦਿਨ ਚੜੇ ਨੂੰ ਸਾਉਂ ਤੇ ਬੀਬਾ ਮੁੰਡਾ ਚਾਪਦਾ ਉਸ ਲਈ ਰਣਜੀਤ ਕੋਰ ਸਾਹਮਣੇ ਹੋਣਾ ਔਖਾ ਹੋ ਜਾਂਦਾ ਇਸੇ ਕਰਕੇ ਭਾਵੇਂ ਉਹਨੂੰ ਸਦਿਆਂ ਕੋਈ ਕੰਮ ਹੋਵੇ ਭਾਵੇਂ ਨਾ ਹੋਵੇ ਘਰੋਂ ਨਿਕਲ ਜਾਂਦਾ ਤੇ ਗਈ ਰਾਤ ਘਰ ਮੁੜਦਾ ਉਦੋਂ ਮੀਨੂ ਸੁੱਤੀ ਹੁੰਦੀ ਤੇ ਉਹ ਪੂਰਾ ਸ਼ਰਾਬੀ ਹੋਇਆ ਹੁੰਦਾ ਇਸ ਰਿਸ਼ਤੇ ਦੀ ਸਮਾਜ ਨੇ ਉਹਨਾਂ ਨੂੰ ਪਰਵਾਰਗੀ ਨਹੀਂ ਸੀ ਦਿੱਤੀ ਹੋਈ ਨਜਾਇਜ਼ ਸਬੰਧਾਂ ਦੀ ਗੱਲ ਹਰ ਵੇਲੇ ਉਹਨਾਂ ਦੇ ਮਨਾਂ 'ਚ ਖਟਕਦੀ ਰਹਿੰਦੀ ਹੈ ਦਿਨ ਦੇ ਚਾਨਣ 'ਚ ਰੰਜੀਤ ਕੌਰ ਉਦਾਸ ਹੋ ਜਾਂਦੀ ਹੈ ਪਰ ਬਾਤ ਵਾਂਗ ਕੋਈ ਕੋਮਲ ਤੇ ਚੁੱਪ-ਚੁੱਪੀ ਦੀ ਚੀਜ਼ ਅੰਦਰ ਸਿੰਜਰਦੀ ਹੈ ਮੈਂ ਪਾਪਤਾ ਨਹੀਂ ਕਰ ਰਹੀ ਅਪਵਿੱਤਰਤਾ ਨਹੀਂ ਹੋ ਗਈ ਹਰ ਪ੍ਰਕਾਰ ਦੀਆਂ ਸੋਚਾਂ ਉਮੜ ਕੇ ਆਉਂਦੀਆਂ ਹਨ ਤੋਂ ਖੁਸ਼ ਰਹਿਣਾ ਭੁੱਲ ਜਾਂਦੀ ਹੈ ਅਠੀ ਦਿਨੀ ਰੂਤ ਸਿੰਘ ਤੇ ਕਰਤਾਰੀ ਪਰਤਾਏ ਮੇਰ ਸਿੰਘ ਘਰ ਨਹੀਂ ਸੀ ਕਰਤਾਰੀ ਨੇ ਨਿੱਕੀ ਮੀਨੂ ਲਈ ਵੰਗਾ ਗਲਚ ਪਾਉਣ ਵਾਲੀ ਪਿੱਤਲ ਦੀ ਚੇਨ ਰਣਜੀਤ ਕੌਰ ਲਈ ਵੀ ਵੰਗਾ ਤੇ ਹੋਰ ਨਿੱਕ ਸੋਕ ਲਿਆਂਦਾ ਉਹ ਮੰंजे ਤੇ ਸਾਰਾ ਕੁਝ ਖਲਾਰੀ ਬੈਠੀ ਸੀ ਤੇ ਨਾਲ-ਨਾਲ ਸਫਰ ਦੀਆਂ ਗੱਲਾਂ ਦੱਸਦੀ ਜਾਂਦੀ ਸੀ ਮੇਰ ਸਿੰਘ ਹਨੇਰੇ ਹੋਏ ਘਰ ਆਇਆ ਬਾਪੂ ਨੂੰ ਬੇਬੇ ਨੂੰ ਵੇਖ ਕੇ ਹੈਰਾਨ ਹੋਇਆ ਸੁਰਖ ਰੂਪੀ ਕਿਤੇ ਮੇਰ ਦੇ ਘਰ ਹੁੰਦੇ ਤੋਂ ਆ ਜਾਂਦੇ ਤਾਂ ਅੱਧੀ ਰਾਤ ਤਾਈਂ ਕਰਤਾਰੀ ਰੰਜੀਤ ਕੌਰ ਨੂੰ ਹਜੂਰ ਸਾਹਿਬ ਦੀਆਂ ਤੇ ਰਾਵ ਵਿੱਚ ਦੇਖੇ ਗੁਰਦੁਆਰਿਆਂ ਦੀਆਂ ਗੱਲਾਂ ਸੁਣਾਉਂਦੀ ਰਹੀ। ਬੂਨੀ ਮੈਂ ਮਰ ਜਾ। ਕਰਤਾਰੀ ਤੋਂ ਅਚਾਨਕ ਜਿਵੇਂ ਕੋਈ ਭੁੱਲ ਹੋ ਗਈ ਹੋਵੇ। ਬਾਬਿਆਂ ਦਾ ਪ੍ਰਸ਼ਾਦ ਤਾਂ ਮੈਂ ਕਢਿਆ ਹੀ ਨਹੀਂ। ਚਲ ਤੜਕੇ ਦੇਵਾਂ। ਸਫਰ ਦਾ ਭੰਨਿਆ ਰੂਤ ਸਿੰਘ ਛੇਤੀ ਕੁੜਾੜੇ ਮਾਰਨ ਲੱਗ ਪਿਆ ਸੀ। ਤੜਕੇ ਚਾਹ ਪੀਣਿਆਂ ਕਰਤਾਰੀ ਨੇ ਮੇਰ ਨਾਲ ਸਲਾਹ ਕੀਤੀ ਜੇ ਲੱਗਦੇ ਹੱਥ ਪਿੰਡ ਵੀ ਜਾ ਆਈਏ। ਵਰੇ ਹੋ ਗਏ ਕੀ ਬਣਿਆ ਹੋ ਕੱਚੀਆਂ ਕੰਧਾਂ ਦਾ। ਹੁਣ ਤਾਂ ਸਰਦ ਹੈ। ਆ ਮੀਹਾਂ ਤੋਂ ਪਹਿਲਾਂ ਲਿਪ ਪਹੋਚ ਹੀ ਆ। ਮਨਿਆਦ ਬਾਜੂ ਕਰਤਾਰੀ ਦਾ ਆਪਣੇ ਘਰ ਲਈ ਮੋਹ ਜਾ ਗਿਆ ਜਿਹੜਾ ਉਹ ਐਨੇ ਵਾਰੀ ਆਪਣੀ ਹਾਲਤ ਚੰਗੀ ਨਾ ਹੋਣ ਕਰਕੇ ਦਬਾਈ ਆਉਂਦੀ ਸੀ ਮੇਰ ਨਹੀਂ ਸੀ ਚਾਹੁੰਦਾ ਬਾਪੂ ਬੇਬੇ ਪਿੰਡ ਜਾਣ ਉਹਨੂੰ ਪਤਾ ਸੀ ਜੇ ਪਿੰਡ ਦੀ ਤਿਆਰੀ ਹੋ ਗਈ ਬਾਪੂ ਨੂੰ ਜ਼ਮੀਨ ਛਡਾਉਣ ਲਈ ਪੈਸੇ ਦੇਣੇ ਪੈਣਗੇ ਇੱਥੇ ਪੈਸਿਆਂ ਦੀ ਲੋੜ ਹਰ ਵਕਤ ਰਹਿੰਦੀ ਹੈ ਕੀ ਪਤਾ ਕੋਈ ਕਦੋਂ ਅਲਸੇਟਾ ਪੈ ਜਾਏ ਸੋਚਦੇ ਆ ਸੋਚਦੇ ਆ ਬੋਲੇ ਆ ਚਾਰ ਪੰਜ ਮਹੀਨੇ ਰੁਕ ਨਹੀਂ ਸਕਦੇ ਵੇ ਪੁੱਤ ਮੈਂ ਤਾਂ ਸਾਲ ਰੁਕ ਜਾ ਕੱਚੀਆਂ ਕੰਧਾਂ ਦਾ ਤਾਂ ਬਹਾਨਾ ਹੀ ਐ ਮੈਂ ਸੋਚਦੀ ਆਂ ਕੋਈ ਕੁੜੀ ਖੜੀ ਵੇਖ ਆਵਾਂ ਤੇਰੇ ਵਾਸਤੇ ਐ ਲੰਡਾ ਛੜਾ ਫਿਰਦਾ ਸੋਹਣਾ ਲੱਗਦਾ ਮੇਰ ਨੀਵੀ ਪਾ ਗਿਆ ਸੋਚੀ ਪੈ ਗਿਆ ਫਿਰ ਹੌਲੀ ਜੀ ਬੋਲੇ ਜਿਵੇਂ ਮਰਜ਼ੀ ਕਰ ਲੈ ਬੇਬੇ ਰੂੜ ਸਿੰਘ ਤੇ ਕਰਤਾਰੀ ਨੇ ਪਿੰਡ ਜਾਣ ਦੀ ਸਲਾਹ ਪੱਕੀ ਬਣਾ ਲਈ ਤੇ ਪੰਜਾਬ ਮੇਲ ਦੀਆਂ ਸੀਟਾਂ ਰਿਜ਼ਰਵ ਕਰਾ ਲਈਆਂ 10 ਦਿਨਾਂ ਬਾਅਦ ਸ਼ੁੱਕਰਵਾਰ ਦੀ ਸ਼ਾਮ ਨੂੰ ਉਹਨਾਂ ਹਾਵੜੇ ਤੋਂ ਗੱਡੀ ਚੜ੍ਹਨਾ ਸੀ ਕਰਤਾਰੀ ਪਿੰਡ ਜਾਣ ਦੀ ਤਿਆਰੀ ਚੋਂ ਰੁੱਜ ਗਈ ਜਿਵੇਂ ਪੁੱਤ ਦਾ ਵਿਆਹ ਧਰਿਆ ਹੋਵੇ ਅਗਲੇ ਦਿਨ ਪੰਜਾਬੀ ਦੇ ਲੋਕਲ દੈਨਿਕ ਅਖਬਾਰਾਂ 'ਚ ਖਬਰ ਛਪੀ ਬੁੱਧਵਾਰ ਸਵੇਰੇ 10 ਵਜੇ ਦਮਦਮ ਹਵਾਈ ਅੱਡੇ 'ਤੇ ਹਮ ਹਮਾ ਕੇ ਪੁੱਜੂ ਪੰਜਾਬ ਤੋਂ ਵਿਖਿਆਤ ਸੰਤ ਪਧਾਰ ਰਹੇ ਹਨ ਉਹਨਾਂ ਦੇ ਸਵਾਗਤ ਲਈ ਪਹੁੰਚਣਾ ਪੰਜਾਬੀਆਂ ਦਾ ਕਰਤੱਵ ਬਣਦਾ ਹੈ ਉਹਨਾਂ ਨੂੰ ਭਾਰੀ ਜਲੂਸ ਦੀ ਸ਼ਕਲ ਚਲੇ ਆਂਦਾ ਜਾਏਗਾ ਖਾਲਸਾ ਸਕੂਲ 'ਚ ਬਹੁਤ ਵੱਡਾ ਪੰਡਾਲ ਬਣ ਰਿਹਾ ਹੈ ਸੰਗਤਾਂ 'ਚ ਅਥਾਹ ਸ਼ਰਧਾ ਹੈ ਪੰਜਾਬਣਾ 'ਚ ਸੰਤਾਂ ਦੇ ਪਹੁੰਚੇ ਹੋਣ ਬਾਰੇ ਦੰਦ ਕਥਾ ਸ਼ੁਰੂ ਹੋ ਗਈ ਹੈ ਉਹ ਨਾਨਕਾ ਮੇਲਵਾਂਗੂ ਤੇਜਾ ਥਾ ਨੇ ਇਸ ਬਹਾਨੇ ਚਿਰਾਂ ਤੋਂ ਸਾਹਮੇ ਆਪਣੇ ਬਨ ਸੁਵੰਨੇ ਸੂਟਾਂ ਦਾ ਦਿਖਾਵਾ ਕਰਕੇ ਦੂਜੀਆਂ ਤੇ ਰੋਪਾਇਆ ਜਾ ਸਕਦਾ ਹੈ। ਰੂੜ ਸਿੰਘ ਦੇ ਮਨ ਚ ਚਿੰਤਾ ਹੈ, ਸੰਤਾ ਦੇ ਦੀਵਾਨ ਸੁਣਨਾ ਉਹਦੇ ਭਾਗਾਂ ਚ ਨਹੀਂ। ਸ਼ੁਕਰਵਾਰ ਨੂੰ ਤਾਂ ਉਸ ਚਲੇ ਜਾਣਾ। ਫਿਰ ਮਨ ਨੂੰ ਆਪ ਹੀ ਸਮਝਾਉਂਦਾ ਹੈ ਚਲੋ ਜੋ ਦੀ ਰਜ਼ਾ ਹੈ ਪਿੰਡ ਗਏ ਨੂੰ ਵੀ ਤਾਂ ਕਿੰਨੇ ਵਰੇ ਹੋ ਗਏ। ਬੁੱਧਵਾਰ ਸੰਤ ਪੁੱਜ ਗਏ। ਅੱਜ ਪਹਿਲਾ ਦੀਵਾਨ ਸਜਿਆ। ਸਕੂਲ ਦੇ ਬਾਹਰ ਪਤਾਸੀ ਵੇਚਣ ਵਾਲਿਆਂ ਦੀ ਭੀੜ ਹੈ। ਇਹਨਾਂ ਦਿਨਾਂ ਚ ਇਹ ਵੀ ਕਮਾਈ ਖੂਬ ਕਰਦੇ ਐ ਸਕੂਲ ਦੇ ਬਾਹਰ ਲੋਫਰ ਕਿਸਮ ਦੇ ਕੁਝ ਮੁੰਡੇ ਹਰ ਲੰਗ ਦੀ ਕੁੜੀ ਜਾਂ ਔਰਤ ਨੂੰ ਐਕਸਰੇ ਵਰਗੀਆਂ ਨਜ਼ਰਾਂ ਨਾਲ ਤਾੜ ਰਹੇ ਹਨ ਕੋਈ ਹੌਲੀ ਹੌਲੀ ਭੱਦਾ ਮਜ਼ਾਕ ਵੀ ਕਰਦਾ ਜਿਹੜਾ ਲੜਕੀਆਂ ਨੂੰ ਤਾਂ ਨਹੀਂ ਸੁਣਦਾ ਪਰ ਇਹ ਸਾਰੇ ਹੱਸ ਪੈਂਦੇ ਐ ਅੰਦਰ ਰਸ ਭਿਨਾ ਕੀਰਤਨ ਚੱਲ ਰਿਹਾ ਹੈ ਢੀੜੀਆਂ ਸੁਣੀ ਦੀਆਂ ਗਲੀਆਂ ਜਿੱਥੋਂ ਦੀ ਜਮ ਲੈ ਕੇ ਜਾਣਗੇ ਫਿਰ ਆਵਾਜ਼ ਆਉਂਦੀ ਐ ਬੋਲੋ ਤੇ ਸੰਗਤ ਪਹਿਲਾ ਆਦਮੀ ਫਿਰ ਬੀਬੀਆਂ ਵਾਰੋ ਵਾਰੀ ਇਹ ਧਾਰਨਾ ਗਾਉਂਦੀ ਐ ਛੈਣੀ ਖੜਕਦੇ ਹਨ ਚਿੰਮਟੇ ਵੱਜਦੇ ਹਨ ਢੋਲ ਕੀ ਗੂੰਜਦੀ ਹੈ ਹਾਰਮੋਨੀਅਮ ਵੱਜਦਾ ਹੈ ਸਾਰਾ ਮਾਹੌਲ ਅਜੀਬ ਰਹਾਸਮਈ ਹੋ ਗਿਆ ਹੈ ਸ਼ਰਦਾ ਨਾਲ ਸੰਗਤ ਉਹ ਵੱਜਦੇ ਚਾਈ ਅੱਖਾਂ ਮੀਟੀ ਅਥਾ ਆਨੰਦ ਮਾਨ ਰਹੀ ਹੈ ਨਾ ਟੈਕਸੀ ਦਾ ਫਿਕਰ ਨਾ ਕਿਸ ਤਾਂ ਫੇਲ ਹੋਣ ਦੀਆਂ ਚਿੰਤਾਵਾਂ ਨਾ ਟਰੱਕ ਬਾਹਰ ਗਏ ਹੋਣ ਦਾ ਡਰ ਕੀਰਤਨੀ ਜਥਾ ਝੂਮ ਰਿਹਾ ਹੈ ਜਲ ਡੋਬੇ ਨਾ ਅਗਨੀ ਸਾਡੇ ਜਨਾਨੀ ਤੇਰਾ ਨਾਮ ਜਪਿਆ ਸੰਗਤ ਪਹਿਲਾਂ ਵਾਂਗੀ ਹਰ ਵਾਰੀ-ਵਾਰੀ ਗਾਉਂਦੀ ਹੈ। ਮੋਗਾ ਸਿੰਘ ਤੇ ਰੂੜ ਸਿੰਘ ਵੀ ਇਲਾਹੀ ਕੀਰਤਨ ਦੇ ਅਸਰ ਥੱਲੇ ਝੂਮ ਰਹੇ ਆ। ਕਿਸ਼ਨ ਸਿੰਘ ਦੇ ਭਜਨ ਕੌਰ ਵੀ ਆਏ ਆ। ਮੁਸਲਮਾਨਾਂ ਦੀ Eid ਵਾਂਗ ਸਭ ਵਿਛੜੇ ਮਿਲਦੇ ਹਨ ਇੱਥੇ। ਪ੍ਰਚਾਰਕ ਵਿਖਿਆਨ ਕਰਦਾ ਇਸ ਮਨੁੱਖੀ ਦੇਹੀ ਨੂੰ ਸਵਰਗ 'ਚ ਪਹੁੰਚਣ ਦੇ ਸਾਧਨ ਦੱਸ ਰਿਹਾ ਹੈ। ਗੁਰੂ ਦੇ ਲੜ ਲੱਗਣ ਦਾ ਕਿੰਨਾ ਮਹੱਤਮ ਹੈ। ਉਹ ਸੰਗਤ 'ਚ ਮਿਲ ਬੈਠਣ ਦਾ ਕੀ ਮਹੱਤਵ ਹੈ। ਬਾਰੇ ਤਾਰਾ ਰਾਣੀ ਦੀ ਕਥਾ ਸੁਣਾਉਣ ਲੱਗਾ ਹੈ। ਕਿਵੇਂ ਸੰਗਤ ਕਰਨ ਜਾਂਦੀ ਹੈ ਕਿਵੇਂ ਪਿੱਛੋਂ ਰਾਜੇ ਨੇ ਉਹਦੀ ਚੱਪਲ ਲੁਕੋ ਲਈ ਕਿਵੇਂ ਤਾਰਾ ਰਾਣੀ ਨੇ ਸੰਗਤ ਚ ਜਾ ਕੇ ਅਰਜ਼ ਕੀਤੀ ਸੰਗਤਾਂ ਅਰਦਾਸ ਕੀਤੀ ਉਹਦੀ ਚੱਪਲ ਮਿਲ ਗਈ ਫਿਰ ਪ੍ਰਚਾਰਕ ਨੇ ਸਬਰ ਸੰਤੋਖ ਤੇ ਪਾਣਾ ਮੰਨਣ ਦਾ ਉਪਦੇਸ਼ ਦਿੱਤਾ ਫਿਰ ਛੈਣੇ ਖੜਕੇ ਚਿਮਟਾ ਵਜਿਆ ਗੁਰੂ ਹੋਣਗੇ ਮਿਲਣਗੇ ਆਪੇ ਦਿਲਾਂ ਨੂੰ ਟਿਕਾਣੇ ਰੱਖੀਏ ਇਹ ਕਰਮ ਹਰ ਰੋਜ਼ ਚੱਲਣਾ ਹੈ ਦੀਵਾਨ ਦੇ ਆਖਰੀ ਦਿਨ ਭੋਗ ਪੈਣਾ ਹੈ ਅੰਮ੍ਰਿਤ ਪਾਣ ਵੀ ਕਰਾਇਆ ਜਾਣਾ ਕੀਰਤਨ ਤੋਂ ਬਾਅਦ ਮਾਈਕ ਸੰਤਾਂ ਅੱਗੇ ਰੱਖ ਦਿੱਤਾ। ਕੁਝ ਦੇਰ ਉਹ ਮੌਨ ਬੈਠੇ ਰਹੇ ਸੰਗਤਾਂ ਸਾਹ ਰੁਕੀ ਉਹਨਾਂ ਦੇ ਪ੍ਰਵਚਨ ਸੁਣਨ ਲਈ ਬੈਠੀਆਂ ਰਹੀਆਂ। ਸੰਤ ਬਿਰਧ ਹਨ ਹੌਲੀ-ਹੌਲੀ ਰੁਕ-ਰੁਕ ਕੇ ਬੋਲਣ ਲੱਗੇ। ਕਲਕੱਤੇ ਦੀਆਂ ਸੰਗਤਾਂ ਨਾਲ ਸਾਨੂੰ ਬੜਾ ਮੋਹ ਹੈ। ਚਿਰਾਂ ਦੀ ਇੱਛਾ ਸੀ ਤੁਹਾਡੇ ਦਰਸ਼ਨ ਕਰਾਂ। ਪਰ ਜਿਹੜੀ ਘੜੀ ਸੱਚੇ ਸਤਿਗੁਰੂ ਨੇ ਤੁਹਾਡੇ ਨਾਲ ਮਲਾਉਣਾ ਸੀ ਪਹਿਲਾਂ ਕਿਵੇਂ ਆ ਸਕਦੇ ਸੀ। ਗੁਰਮੁਖ ਜੀ ਸੱਚੇ ਮਨੋਂ ਕਿਰਤ ਕਰਨੀ ਚਾਹੀਦੀ ਹੈ ਬੇਈਮਾਨੀ ਚੁਗਲੀ ਨਿੰਦਾ ਤੋਂ ਬਚਣਾ ਚਾਹੀਦਾ ਹੈ ਗੁਰਬਾਣੀ ਵਿੱਚ ਇਹਨਾਂ ਮਨਮੁਖਾਂ ਨੂੰ ਨਿੰਦਿਆ ਗਿਆ ਹੈ ਸਰੀਰ ਕਿਰਤ ਪਰਮਾਤਮ ਪਰਮਾਤਮ ਦੀ ਇੱਕ ਪੁਰਾਣ ਕਥਾ ਪ੍ਰਥਾ ਕਿਰਤ ਸਰੀਰਕ ਤੰਦਰੁਸਤੀ ਲਈ ਉਨੀ ਚੰਗੀ ਹੈ ਜਿੰਨੀ ਖੁਰਾਕ ਖਾਣੀ ਸਰੀਰ ਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਹੈ ਆਦਮੀ ਆਰਾਮ 'ਚ ਰਹਿ ਕੇ ਜਿੰਨਾ ਤਕਲੀਫਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਉਹ ਸਾਰਿਆਂ ਨੂੰ ਬਿਮਾਰੀ ਦੀ ਸ਼ਕਲ ਚ ਆ ਕੇ ਹੀਰਦੀ ਹੈ ਕਿਰਤ ਜੀਵਨ ਦੇ ਦੀਵੇ ਵਿੱਚ ਤੇਲ ਪਾਉਂਦੀ ਹੈ ਤੇ ਚਿੰਤਨ ਨੂੰ ਨੂਰ ਬਖਸ਼ਦਾ ਹੈ ਸੰਗਤਾਂ ਜਿੱਥੇ ਵੀ ਬੈਠੀਆਂ ਤਰ ਤਰੋਂ ਨਮਸਕਾਰ ਕੀ ਧੰਨ ਧੰਨ ਕਰ ਰਹੀਆਂ ਜਿੱਥੇ ਸੰਤਾਂ ਦੀ ਰਿਹائش ਹੈ دیਵਾਨ ਤੋਂ ਪਹਿਲਾਂ ਦਿਨ ਵੇਲੇ ਉੱਥੇ ਵੀ ਲੋੜਵੰਦ ਸੰਗਤ ਜੁੜਦੀ ਹੈ ਕਿਸੇ ਦੀਆਂ ਗੱਡੀਆਂ ਠੀਕ ਨਹੀਂ ਚਲਦੀਆਂ ਕਿਸੇ ਦਾ ਹਰ ਕੀਤਾ ਕੰਮ ਪੁੱਠਾ ਪੈ ਰਿਹਾ ਹੈ ਕਿਸੇ ਦੀ ਸੰਤਾਨ ਸੁਖ ਨਹੀਂ ਦਿੰਦੀ ਕਿਸੇ ਦੇ ਹੱਥ ਜੱਸ ਨਹੀਂ ਜਿਹਨੂੰ ਵੀ ਵਿੰਡੋ ਆਪਣੇ ਨਾਲ ਲਿਆਇਆ ਦੁਸ਼ਮਣ ਬਣਿਆ ਕਿਸੇ ਦੇ ਘਰ ਕੁੜੀਆਂ ਹੀ ਜੰਮਦੀਆਂ ਕਿਸੇ ਦੇ ਘਰ ਔਲਾਦ ਹੁੰਦੀ ਨਹੀਂ ਕਿਸੇ ਚ ਭੂਤਾਂ ਆਉਂਦੀਆਂ ਕਿਸੇ ਦੀ ਦਰਾਣੀ ਨੇ ਟੂਣਾ ਕਰਾਇਆ ਕਿਸੇ ਦੀ ਜਠਾਣੀ ਨੇ ਤਵੀਤ ਖੋਲ ਕੇ ਪਿਆਈ ਸੰਤ ਸਬਨਾ ਦੀ ਸੁਣਦੇ ਹੈ ਉਪਾਅ ਦੱਸਦੇ ਹੈ ਉਹਨਾਂ ਦੀ ਇੱਕ ਦ੍ਰਿਸ਼ਟੀ ਨਾਲ ਹੀ ਮਨ ਦੀ ਪਟਕਣਾ ਸ਼ਾਂਤ ਹੋ ਜਾਂਦੀ ਹੈ ਰਾਤ ਵੇਲੇ ਦਾ ਦੀਵਾਨ ਸੁਣਨ ਲਈ ਪੰਜਾਬਣਾ ਦਿਨ ਖੜੀ ਰੋਟੀ ਟੁਕ ਤੋਂ ਵਿਹਲੀਆਂ ਹੋ ਜਾਂਦੀਆਂ ਘਰ ਵਾਲਾ ਟਰੱਕ ਜਾਂ ਟੈਕਸੀ ਲੈ ਕੇ ਗਿਆ ਹੁੰਦਾ ਹੈ ਜਾਂ ਕੋਈ ਗਰਾਜ ਦਾ ਮਿਸਤਰੀ ਥੱਕਿਆ ਟੁੱਟਿਆ ਘਰ ਮੁੜਦਾ ਹੈ ਦੇਖਦਾ ਨਾ ਪਾਣੀ ਦੀ ਬਾਲਟੀ ਭਰ ਕੇ ਰੱਖੀ ਐ ਨਾ ਕੋਈ ਧੋਤੇ ਕੱਪੜੇ ਧੋਣ ਵਾਲਾ ਦੀਵਾਨ ਸੁਣ ਕੇ ਆਈ ਨੂੰ ਘੂਰਦਾ ਫੇਰ ਰੱਖਦਾ ਨਹਾਣੂ ਤਾਂ ਮੈਂ ਲਿਆ ਹੁਣ ਰੋਟੀ ਤਾਂ ਪਾ ਦੇ ਮੈਂ ਤਾਂ ਦੀਵਾਨ ਸੁਣ ਕੇ ਆਈ ਆ ਮੇਰੀਆਂ ਆਪਦੀਆਂ ਲੱਤਾਂ ਦੁਖੀ ਜਾਂਦੀਆਂ ਰੋਟੀ ਪੱਕੀ ਪਈ ਐ ਚੱਕ ਕੇ ਖਾ ਲ ਤੇ ਉਹ ਮੰਜੇ ਤੇ ਉਹ ਮਾ ਡਿੱਗਦੀ ਐ ਜਿਵੇਂ ਕਹਾਣੀ ਨੂੰ ਲੱਤ ਲਾ ਕੇ ਆਈ ਹੁੰਦੀ ਐ ਜਥੇਦਾਰ ਪਿੰਪਲ ਸਿੰਘ ਦੀਵਾਨ ਸਜਾਉਣ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਆਏ ਵਿੱਚ ਵਿੱਚ ਚਰਚਾ ਵੀ ਹੁੰਦੀ ਐ ਸੰਤਾਂ ਤੇ ਪਿੱਪਲ ਸਿੰਘ ਚ ਗੁਪਤ ਸੰਧੀ ਹੈ ਇਕੱਠੀ ਹੋਈ ਮਾਇਆ ਚ ਹਿੱਸਾ ਮਿਲਦਾ ਹੈ ਉਹਨੂੰ ਸ਼ਰਦਾ ਵਾਲੇ ਆਪਣੇ ਕੰਨਾਂ ਚ ਉਂਗਲਾਂ ਦੇ ਕੇ ਆਪਣੇ ਆਪ ਨੂੰ ਘੋਰ ਪਾਪੀ ਸਮਝਦੇ ਐ ਜਿਹੜੇ ਆਪਣੇ ਰੱਬ ਵਰਗੇ ਸੰਤ ਦੀ ਬੇਅਦਬੀ ਸੁਣ ਕੇ ਵੀ ਸਹੀ ਸਲਾਮਤ ਜ਼ਿੰਦਾ ਹਨ ਸੰਤ ਦੁਖੀ ਲੋਕੀ ਉਹਨਾਂ ਬਾਰੇ ਅਜਿਹਾ ਸੋਚਦੇ ਹਨ ਗੁਰਬਾਣੀ ਚ ਕਿਹਾ ਗਿਆ ਸੰਤ ਕੇ ਦੁਖੀ ਕੀ ਦੀ ਗਤੀ ਨਹੀਂ ਹੁੰਦੀ ਲੋਕਾਂ ਦੀ ਜ਼ੁਬਾਨ ਥੋੜਾ ਹੀ ਫੜ ਲੈਣੀ ਐ ਤੇ ਸਰਦਾਲੂ ਗਾਂ ਨੂੰ ਅਜੇ ਲੋਕਾਂ ਦੀ ਸੰਗਤ ਕਰਨੋਂ ਤੋਬਾ ਕਰਦੇ ਹਨ ਰੂਪ ਸਿੰਘ ਤੋਂ ਦਿਨੀ ਦੀਵਾਨ ਸੁਣ ਸਕਿਆ ਭਾਵੇਂ ਪਿੰਡ ਜਾਣ ਦਾ ਮਨ ਵਿੱਚ ਚਾਹ ਹੈ ਫਿਰ ਵੀ ਸੰਤਾਂ ਦੇ ਦਰਸ਼ਨਾਂ ਤੋਂ ਇਉ ਬੇਬੁਖ ਹੋ ਕੇ ਜਾਣ ਦਾ ਚੋਰਾ ਵੀ ਸ਼ੁੱਕਰਵਾਰ ਦਾ ਦਿਨ ਆ ਗਿਆ ਅੱਜ ਸ਼ਾਮ ਨੂੰ ਆਉਣਾ ਚਲੇ ਜਾਣਾ ਹੈ ਧੰਨਵਾਦ ਚਲਦਾ